ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ, ਹਰੀਸ਼ ਐਲਮੀਨੀਅਮ ਕਿਚਨ ਇੰਟੀਰੀਅਰ। ਹਾਂਜੀ ਦੋਸਤੋ, ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਨਵੀਂ ਕਿਚਨ। ਇਹ ਕਿਚਨ ਅਸੀਂ ਆਪਣੇ ਸ਼ਹਿਰ ਜੰਡਿਆਲਾ ਗੁਰੂ ਦੇ ਵਿੱਚ ਤਿਆਰ ਕੀਤੀ ਆ। ਹਾਂਜੀ ਦੋਸਤੋ, ਕਿਚਨ ਬਾਰੇ ਆਪਾਂ ਸਾਰੀ ਗੱਲਬਾਤ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਕਿਚਨ ਦਾ ਰਿਵਿਊ ਦੇਖੋ, ਇਹਦਾ ਡਿਜ਼ਾਇਨ ਬਾਰੇ ਦੱਸੋ ਤੁਹਾਨੂੰ ਕਿਵੇਂ ਦਾ ਲੱਗਾ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿਚਨ ਦੇ ਕਲਰ ਕੋਂਬੀਨੇਸ਼ਨ ਦੀ, ਅਤੇ ਇਹਦੇ ਵਿੱਚ ਕਲਰ ਜਿਹੜਾ ਅਸੀਂ ਦਿੱਤਾ ਹੈਗਾ ਜੇਡ ਸਿਲਵਰ ਕਲਰ ਦਾ। ACP ਸ਼ੀਟ ਲੱਗੀ ਹੈ ਫਰੰਟ 'ਤੇ, ਔਰ ਇਹਦੇ ਨਾਲ ਅਸੀਂ ਕੋਂਬੀਨੇਸ਼ਨ ਕੀਤਾ ਹੈ ਰੋਜ਼ ਗੋਲਡ ਹੈਂਡਲ ਦਾ, ਅਤੇ ਨਾਲ ਹੀ ਗਲਾਸ ਵਾਲੇ ਫਰੇਮ ਦਾ ਵੀ ਕਲਰ ਰੋਜ਼ ਗੋਲਡ ਹੀ ਰੱਖਿਆ, ਔਰ ਗਲਾਸ ਦਾ ਕਲਰ ਅਸੀਂ ਐਂਟੀਲੋ ਗੋਲਡ ਰੱਖਿਆ। ਹਾਂਜੀ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿਚਨ ਦੀ ਫਰੰਟ ਦੀ ਲੁੱਕ। ਲੁੱਕ ਦੇਖੋ ਤੁਸੀਂ, ਸਭ ਤੋਂ ਪਹਿਲਾਂ ਤਾਂ ਇਹਦੀ ਲੁੱਕ ਬਿਲਕੁਲ ਹੀ ਅਸੀਂ ਵੁੱਡ ਵਰਕ ਵਰਗੀ ਕੀਤੀ ਹੈ, ਜਿਵੇਂ ਕਿ ਪਲਾਈਬੋਰਡ ਦੀ ਕਿਚਨ ਬਣੀ ਹੋਵੇ, ਜਿਵੇਂ ਲੱਕੜ ਦੀ ਕਿਚਨ ਬਣਦੀ ਆ, ਪਲੇਨ ਸੇਮ ਉਵੇਂ ਹੀ ਅਸੀਂ ਇਹਦੀ ਲੁੱਕ ਕੀਤੀ ਆ। ਠੀਕ ਹੈ, ਫਰੰਟ ਤੋਂ ਅੰਦਰੋਂ ਬਾਹਰੋਂ ਸਾਰੇ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ, ਮੈਂ ਤੁਹਾਨੂੰ ਚੈੱਕ ਕਰਾਊਂਗਾ, ਕਿਉਂਕਿ ਕਈ ਲੋਕਾਂ ਨੂੰ ਪਹਿਲੀ ਦਫ਼ਾ ਦੇਖਣ 'ਚ ਲੱਗਦਾ ਨਹੀਂ ਹੋਏਗਾ ਕਿ ਇਹ ਮਤਲਬ ਐਲਮੀਨੀਅਮ ਦੀ ਕਿਚਨ ਆ, ਲੋਕ ਮਤਲਬ ਇਹਨੂੰ ਪਲਾਈਬੋਰਡ ਦੀ ਕਿਚਨ ਹੀ ਸਮਝਦੇ ਹੋਣਗੇ। ਇਸ ਕਰਕੇ ਮੈਂ ਤੁਹਾਨੂੰ ਚੈੱਕ ਕਰਾ ਦਿਆਂ ਕਿ ਇਹਦੀ ਲੁੱਕ ਜਿਹੜੀ ਆ ਉਹ ਬਿਲਕੁਲ ਮਤਲਬ ਵੁੱਡ ਵਰਗੀ ਆ, ਪਰ ਕਿਚਨ ਜਿਹੜੀ ਐਲਮੀਨੀਅਮ ਦੀ ਆ। ਠੀਕ ਹੈ, ਹੁਣ ਤੁਸੀਂ ਦੇਖੋ ਮੈਂ ਪੱਲਾ ਖੋਲਿਆ ਵਾ, ਅਤੇ ਇਹਦੇ ਵਿੱਚ ਆਹ ਜਿਹੜਾ ਇਹਦਾ ਅੰਦਰ ਦਾ ਜਿਹੜਾ ਫਰੇਮ ਦਿਖਦਾ। ਠੀਕ ਹੈ, ਇਸ ਤੋਂ ਇਹ ਚੀਜ਼ ਦਾ ਜੱਜ ਹੁੰਦਾ ਕਿ ਇਹ ਐਲਮੀਨੀਅਮ ਦੀ ਕਿਚਨ ਆ, ਅਤੇ ਇਹਦੀ ਟੱਕਰ 'ਤੇ ਬਿਲਕੁਲ ਅਸੀਂ ਟੇਪ ਵੀ ਲਗਾਈ ਹੈ, ਤਾਂ ਕਿ ਜੋ ਇਹਦੀ ਮਤਲਬ ਫਿਨਿਸ਼ਿੰਗ ਜੋ ਹੈ ਸਾਈਡ ਤੋਂ ਜਾਂ ਫਰੰਟ ਤੋਂ ਕਿਤੋਂ ਵੀ ਪੱਲੇ ਦੀ ਜਿਹੜੀ ਲੁੱਕ ਆ ਉਹ ਬਿਲਕੁਲ ਵੁੱਡ ਵਰਕ ਵਰਗੀ ਲੱਗੇ। ਹਾਂਜੀ ਦੋਸਤੋ, ਗੱਲ ਕਰਦੇ ਹਾਂ ਇਹਦੇ ਕਿਚਨ ਦੇ ਵਰਕਟੋਪ ਦੀ। ਕਿਚਨ ਦਾ ਵਰਕਟੋਪ ਦੀ ਗੱਲ ਕਰੀਏ ਤਾਂ ਇਹ ਅਸੀਂ ਕੈਬਨਿਟਸ ਦੇ ਉੱਪਰ ਹੀ ਪੱਥਰ ਰਖਵਾਇਆ ਹੈ, ਯਾਨੀ ਕਿ ਇਹਦੀ ਸੀਮੈਂਟ ਦੀ ਸੈਲਫ ਨਹੀਂ ਪਵਾਈ। ਜੇ ਤੁਸੀਂ ਵੀ ਨਿਊ ਕਿਚਨ ਬਣਵਾ ਰਹੇ ਹੋ ਤਾਂ ਆਪਣੀ ਕਿਚਨ ਦੇ ਵਿੱਚ ਸੀਮੈਂਟ ਦੀ ਸੈਲਫ ਬਿਲਕੁਲ ਨਾ ਪਵਾਇਓ, ਕਿਉਂਕਿ ਅੱਜ ਕੱਲ੍ਹ ਕੈਬਨਿਟਸ ਦੇ ਉੱਪਰ ਹੀ ਮਾਰਬਲ ਰੱਖਿਆ ਜਾਂਦਾ, ਤਾਂ ਉਹਦੀ ਫਰੰਟ ਤੋਂ ਲੁੱਕ ਬਹੁਤ ਸੋਹਣੀ ਆਉਂਦੀ ਹੈ। ਹਾਂਜੀ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਟਾਲ ਯੂਨਿਟ ਦੀ। ਠੀਕ ਹੈ, ਕਈ ਲੋਕ ਇਹਨੂੰ ਪੈਂਟਰੀ ਵੀ ਕਹਿ ਦਿੰਦੇ ਆ, ਅਤੇ ਇਹਨੂੰ ਅਸਲ ਦੇ ਵਿੱਚ ਟਾਲ ਯੂਨਿਟ ਕਹਿੰਦੇ ਆ, ਜਿਹੜਾ ਕਿ ਕਰੋਕਰੀ ਯੂਨਿਟ ਹੈ। ਇਹਦੇ ਵਿੱਚ ਅਸੀਂ ਕਰੋਕਰੀ ਰੱਖ ਸਕਦੇ ਹਾਂ, ਆਪਣੀ ਕੱਚ ਦੇ ਡਿਨਰ ਸੈੱਟ ਵਗੈਰਾ, ਕੱਚ ਦਾ ਜੋ ਵੀ ਆਪਣਾ ਮਤਲਬ ਡੈਕੋਰੇਟਡ ਜਿਹੜਾ ਸਮਾਨ ਹੈ ਉਹ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ। ਔਰ ਇਹਦੇ ਵਿੱਚ ਅਸੀਂ 8 mm ਗਲਾਸ ਦੀਆਂ ਸੈਲਫਾਂ ਪਾਈਆਂ, ਜੋ ਕਿ ਇੱਕ ਸੈਲਫ 'ਤੇ ਤੁਸੀਂ 8-10 ਕਿਲੋ ਵਜ਼ਨ ਆਰਾਮ ਦੇ ਨਾਲ ਪਾ ਸਕਦੇ ਹੋ। ਹਾਂਜੀ ਦੋਸਤੋ, ਲੁੱਕ ਦੀ ਮੈਂ ਇੱਕ ਵਾਰ ਫਿਰ ਤੋਂ ਗੱਲ ਕਰਦਾ ਕਿ ਜਿਵੇਂ ਤੁਸੀਂ ਦੇਖੋ ਕਿ ਅੰਦਰੋਂ ਹੀ ਪਤਾ ਲੱਗਦਾ ਹੈ ਕਿ ਇਹ ਐਲਮੀਨੀਅਮ ਦੀ ਕਿਚਨ ਆ, ਸਿਰਫ ਪੱਲੇ ਦੇ ਅੰਦਰ ਵਾਲੇ ਫਰੇਮ 'ਤੇ, ਬਾਕੀ ਬਾਹਰ ਤੋਂ ਸਾਈਡ ਤੋਂ ਸਾਰੇ ਪਾਸਿਓਂ ਹੀ ਵੁੱਡ ਦੀ ਕਿਚਨ ਲੱਗਦੀ ਆ। ਔਰ ਫਿਨਿਸ਼ਿੰਗ ਦੇਖੋ ਤੁਸੀਂ ਇਹਦੀ ਕਿੰਨੀ ਸਾਫ਼ ਆ ਰਹੀ ਹੈ। ਠੀਕ ਹੈ, ਬਾਕੀ ਇਹਦੇ ਸਾਰੇ ਸਾਈਡਾਂ 'ਤੇ ਅਸੀਂ ਸ਼ੀਟ ਲਗਾਉਂਦੇ ਹਾਂ, ਕਿਸੇ ਵੀ ਸਾਈਡ ਤੋਂ ਸਾਡਾ ਕੈਬਨਿਟ ਦੇ ਅੰਦਰੋਂ ਤਾਂ ਬਿਲਕੁਲ ਐਲਮੀਨੀਅਮ ਦਾ ਸੈਕਸ਼ਨ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਜਿਵੇਂ ਕੈਬਨਿਟ ਦੇ ਅੰਦਰ ਦੀ ਲੁੱਕ ਤੁਸੀਂ ਚੈੱਕ ਕਰੋ, ਬਿਲਕੁਲ ਪਲੇਨ ਆ, ਜਿਵੇਂ ਕਿ ਵੁੱਡਨ ਦੀ ਕਿਚਨ ਦੀ ਲੁੱਕ ਹੁੰਦੀ ਹੈ। ਅਸੀਂ ਚਾਰੋਂ ਸਾਈਡ 'ਤੇ ਮਤਲਬ ਆਪਣੀ ਜਿਹੜੀ ACP ਸ਼ੀਟ ਲਗਾਉਂਦੇ ਹਾਂ, ਔਰ ਇਹਦੇ ਨੀਚੇ ਵੀ ਲਗਾਉਂਦੇ ਹਾਂ, ਠੀਕ ਕੈਬਨਿਟ ਦੇ ਉੱਪਰ ਵੀ ਲਗਾਉਂਦੇ ਹਾਂ, ਅੰਦਰੋਂ ਵੀ ਸਾਰੇ ਪਾਸੇ ਕਵਰ ਕਰਦੇ, ਤਾਂ ਕਿ ਇੱਕ ਤਾਂ ਉਹਦੀ ਜਿਹੜੀ ਕੈਬਨਿਟਸ ਦੇ ਅੰਦਰੋਂ ਸਫਾਈ ਕਰਨੀ ਬਿਲਕੁਲ ਆਸਾਨ ਹੈ, ਕਿਉਂਕਿ ਜਿਵੇਂ ਆਪਾਂ ਜੇ ਆਪਾਂ ਇੱਕ ਸਾਈਡ ਤੋਂ ਸ਼ੀਟ ਲਗਾਵਾਂਗੇ ਤਾਂ ਦੂਜੀ ਸਾਈਡ ਤੋਂ ਐਲਮੀਨੀਅਮ ਦਾ ਫਰੇਮ ਜਿਹੜਾ ਦਿਖਣਾ ਵਾ, ਅਤੇ ਉਹਦੀ ਲੁੱਕ ਵੀ ਅੱਛੀ ਨਹੀਂ ਆਉਣੀ, ਔਰ ਦੂਸਰੀ ਸਾਈਡ ਤੋਂ ਸਫਾਈ ਵੀ ਨਹੀਂ ਹੋਣੀ। ਇਸ ਕਰਕੇ ਅਸੀਂ ਦੋਨਾਂ ਸਾਈਡਾਂ ਤੋਂ ਚਾਰੇ ਪਾਸੇ ਕਵਰ ਕਰਕੇ ਪੂਰੀ ਲੁੱਕ ਵੀ ਅੱਛੀ ਦਿੰਦੇ ਹਾਂ, ਔਰ ਜਿਹੜੀ ਮਤਲਬ ਇਹ ਬੈਨੀਫਿਟ ਵੀ ਇਹਦਾ ਇਹ ਆ ਕਿ ਇਹਦੀ ਸਫਾਈ ਬਹੁਤ ਵਧੀਆ ਹੁੰਦੀ ਹੈ ਕੈਬਨਿਟਸ ਦੇ ਅੰਦਰੋਂ।
ਹੁਣ ਆਪਾਂ ਗੱਲ ਕਰਦੇ ਹਾਂ ਸਿੰਕ ਯੂਨਿਟ ਦੀ। ਇਹਦੇ ਵਿੱਚ ਦੇਖੋ ਤੁਸੀਂ ਅਸੀਂ ਅੰਦਰੋਂ ਬਿਲਕੁਲ ਕਵਰ ਕੀਤਾ ਹੈ ਸਿੰਕ, ਔਰ ਇਹਦੇ 'ਚ ਅਸੀਂ ਆਟੋ ਲਿਡ ਡਸਟਬਿਨ ਲਗਾਇਆ ਜਿਹਦੇ ਵਿੱਚ ਇੱਕ ਬਿਨ ਅਲੱਗ ਤੋਂ ਮਿਲਦਾ ਹੈ, ਔਰ ਵਿੰਡੋ ਬੰਦ ਕਰੋਗੇ ਇਹਦਾ ਜਿਹੜਾ ਢੱਕਣ ਹੈ ਉਹ ਬਿਲਕੁਲ ਆਟੋਮੈਟਿਕ ਅੰਦਰ ਬੰਦ ਹੋ ਜਾਏਗਾ। ਹਾਂਜੀ, ਜੇ ਆਪਾਂ ਸਿੰਕ ਦੇ ਸਾਈਜ਼ ਦੀ ਗੱਲ ਕਰੀਏ ਤਾਂ ਸਿੰਕ ਦਾ ਸਾਈਜ਼ ਹੈਗਾ 30x18 ਦਾ, ਔਰ ਇਹ ਸਿੰਗਲ ਸਿੰਕ ਹੈ। ਹਾਂਜੀ, ਅਤੇ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਇਹਦੇ ਵੀ ਕੋਰਨਰ ਦੀ। ਦੇਖੋ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਅੰਦਰ ਇੱਕ ਸੈਲਫ ਲਗਾਈ ਹੈ, ਔਰ ਵੀ ਕੋਰਨਰ ਦਾ ਇੱਕ ਫਾਇਦਾ ਇਹ ਕਿ ਆਪਾਂ ਜਿਹੜਾ ਬਾਕਸ ਪੂਰਾ ਖੁੱਲ੍ਹਾ ਆਪਣੇ ਸਾਹਮਣੇ ਮਿਲ ਜਾਂਦਾ ਹੈ, ਔਰ ਇਹਦੇ 'ਚ ਸਮਾਨ ਰੱਖਣਾ ਕਰਨਾ ਬਹੁਤ ਹੀ ਆਸਾਨ ਹੈ। ਅਤੇ ਇਹ ਆਪਣਾ ਦੋਸਤੋ ਇਹ ਸਿਲੰਡਰ ਵਾਸਤੇ ਬਾਕਸ ਹੈਗਾ ਆ, ਠੀਕ ਹੈ। ਅਤੇ ਇਸ ਤੋਂ ਬਾਅਦ ਆਪਾਂ ਇਹ 3 ਡਰੋਰ ਰੱਖੇ ਆ ਗੈਸ ਦੇ ਨੀਚੇ, ਠੀਕ ਹੈ। ਅਤੇ ਇਹਦੇ ਵਿੱਚ ਆਪਾਂ ਫਸਟ ਵਾਲਾ ਜਿਹੜਾ ਸਭ ਤੋਂ ਉੱਪਰ ਹੈ ਕਟਲਰੀ ਵਾਲਾ ਰੱਖਿਆ ਹੈ, ਇਹਦੇ 'ਚ ਤੁਸੀਂ ਆਪਣਾ ਛੋਟਾ ਸਮਾਨ ਰੱਖ ਸਕਦੇ ਹੋ, ਕੜਛੀ ਚਮਚ ਵਗੈਰਾ ਨਾਈਫ ਜਿਵੇਂ, ਠੀਕ ਹੈ, ਇਸ ਤਰ੍ਹਾਂ ਦਾ ਸਮਾਨ ਇਹਦੇ 'ਚ ਆਉਣਾ। ਔਰ ਇਹ ਪਲੇਨ ਵਾਲਾ ਡਰੋਰ ਹੈਗਾ ਛੋਟਾ, ਔਰ ਇੱਕ ਨੀਚੇ ਵੱਡਾ ਪਲੇਨ ਵਾਲਾ, ਫਿਰ ਇੱਕ ਵੱਡਾ ਡਰੋਰ ਹੈਗਾ, ਠੀਕ ਹੈ। ਇਸ ਤੋਂ ਅੱਗੇ ਦੋਸਤੋ ਲੱਗਾ ਹੈ ਮੈਜਿਕ ਕੋਰਨਰ। ਮੈਜਿਕ ਕੋਰਨਰ ਦਾ ਬੈਨੀਫਿਟ ਇਹ ਹੈ ਕਿ ਦੋਸਤੋ ਇਹਦੇ ਵਿੱਚ ਆਪਾਂ ਨੂੰ 4 ਬਾਕਸ ਮਿਲ ਜਾਂਦੇ ਆ, ਠੀਕ ਹੈ। ਇਹਨਾਂ ਦੀ ਕਾਫੀ ਸਟੋਰੇਜ ਹੈਗੀ ਹੈ ਕੋਰਨਰ ਦੇ ਵਿੱਚ, ਜਿਨ੍ਹਾਂ ਨੂੰ ਸਮਾਨ ਰੱਖਣ ਲੱਗਿਆਂ ਦਿੱਕਤ ਆਉਂਦੀ ਹੈ ਨਾ, ਕਿ ਜਿਵੇਂ ਆਪਣਾ ਸਿੰਗਲ ਸਾਈਡ ਦਾ ਕੋਰਨਰ ਬਣਦਾ ਹੋਵੇ, ਇੱਕ ਤਾਂ ਪਿੱਛੇ ਆਪਾਂ ਵੀ ਕੋਰਨਰ ਰੱਖਿਆ ਉਹਦੇ 'ਚ ਸਮਾਨ ਰੱਖਣਾ ਕੱਢਣਾ ਜਿਹੜਾ ਆਸਾਨ ਆ। ਲੇਕਿਨ ਜੇ ਇਹ ਵਾਲਾ ਕੋਰਨਰ ਜਿੱਥੇ ਕਿਸੇ ਦਾ ਸਿੰਗਲ ਟਾਈਪ ਕੋਰਨਰ ਬਣਦਾ ਹੋਵੇ ਨਾ, ਸਿੰਗਲ ਪੱਲੇ ਵਾਲਾ ਇੱਕ ਸਾਈਡ ਦਾ ਕੋਰਨਰ, ਉੱਥੇ ਜਾਂ ਤਾਂ ਫਿਰ ਐਸ ਕੋਰਨਰ ਬੈਟਰ ਆ ਜਾਂ ਫਿਰ ਮੈਜਿਕ ਕੋਰਨਰ ਬੈਟਰ ਆ। ਹਾਂਜੀ ਦੋਸਤੋ, ਇਹ ਆਪਾਂ 2 ਡਰੋਰ ਦਿੱਤੇ ਹੋਏ ਆ। ਨੀਚੇ ਵਾਲਾ ਡਰੋਰ ਜਿਹੜਾ ਵੱਡਾ ਉਹ ਕਾਫੀ ਉਹਦੀ ਉਚਾਈ ਰੱਖੀ ਹੋਗਾ ਗ੍ਰੇਨ ਟਰੋਲੀ ਵਾਸਤੇ, ਜਿਹਦੇ ਵਿੱਚ ਤੁਸੀਂ ਆਪਣੀ ਆਟੇ ਦੀ ਡਰੰਮੀ ਰੱਖ ਸਕਦੇ ਹੋ। ਉੱਪਰ ਵਾਲਾ ਡਰੋਰ ਜਿਹੜਾ ਅਸੀਂ ਉਹ ਪਲੇਨ ਰੱਖਿਆ, ਮਤਲਬ ਡਿਸ਼ ਰੈਕ ਨਾ ਤਾਂ ਟ੍ਰੇ ਵਾਲਾ ਵਾ ਨਾ ਦੂਸਰਾ ਵਾ, ਇਹ ਨੋਰਮਲ ਜਿਹੜਾ ਆਪਾਂ ਘਰ ਦੇ ਵਿੱਚ ਰੈਕ ਲੱਗਦਾ ਉਹ ਵਾਲਾ, ਕਿਉਂਕਿ ਮਲਟੀ ਹੈ, ਇਹਦੇ 'ਚ ਕਾਫੀ ਜ਼ਿਆਦਾ ਸਟੋਰੇਜ ਆ ਜਾਂਦੀ ਹੈ। ਜਿਹੜਾ ਟ੍ਰੇ ਵਾਲਾ ਰੈਕ ਹੁੰਦਾ ਨਾ, ਉਹਦੇ ਸਿਰਫ 2 ਹੀ ਪਾਰਟ ਮਿਲਦੇ ਆਪਾਂ ਨੂੰ, ਠੀਕ ਹੈ, ਅਤੇ ਉਹਦੇ 'ਚ ਸਟੋਰੇਜ ਬਹੁਤ ਘੱਟ ਹੁੰਦੀ ਹੈ। ਇਹਦੇ 'ਚ ਬਹੁਤ ਜ਼ਿਆਦਾ ਸਟੋਰੇਜ ਹੈਗੀ, ਛੋਟੀ 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 ਪਲੇਟ ਆ, ਵੱਡੀ ਪਲੇਟ ਆ, ਇਹ 'ਚ ਛੋਟਾ ਸਮਾਨ ਵੀ ਆ ਜਾਂਦਾ, ਜਿਹੜੀ ਕਿ ਡੇਲੀ ਯੂਜ ਕਰ ਆਪਣਾ ਸਾਰਾ ਸਮਾਨ ਇਹਦੇ ਵਿੱਚ ਆ ਜਾਂਦਾ। ਜੇ ਆਪਾਂ ਕੋਈ ਟ੍ਰੇ ਵਾਲਾ ਰੈਕ ਲਾਉਂਦੇ ਹਾਂ GTVT, ਜਾਂ ਆਪਾਂ GTVT ਲਾਉਂਦੇ ਜਾਂ ਆਪਾਂ ਡਿਸ਼ ਰੈਕ ਲਾਉਂਦੇ, ਉਹਦੇ ਵਿੱਚ ਸਟੋਰੇਜ ਆਪਾਂ ਨੂੰ ਬਿਲਕੁਲ ਨਹੀਂ ਮਿਲਦੀ, ਕਿਉਂਕਿ ਉਹ ਸਿਰਫ ਉੱਥੇ 2 ਡਬਲ ਪਾਰਟ ਟ੍ਰੇ ਹੁੰਦੀ, ਸਿਰਫ ਇੱਕ ਨੀਚੇ ਵਾਲੀ ਔਰ ਇੱਕ ਉੱਪਰ ਵਾਲੀ, ਉਸ ਤੋਂ ਬਾਅਦ ਖਾਲੀ ਹੈ। ਤਾਂ ਟ੍ਰੇ ਵਾਲਾ ਤਾਂ ਬੇਸਿਕਲੀ ਬਣਿਆ ਹੀ ਸਿੰਕ ਵਾਸਤੇ, ਕਿਉਂਕਿ ਜਿਹਨਾਂ ਦੇ ਆਪਣੇ ਸਿੰਕ ਦੇ ਉੱਪਰ ਕੋਈ ਵਿੰਡੋ ਆ ਜਾਂਦੀ ਹੈ ਉੱਪਰ, ਉੱਥੇ ਆਪਣਾ ਇਹ ਵਾਲਾ ਡਿਸ਼ ਰੈਕ ਜਿਹੜਾ ਲੱਗ ਨਹੀਂ ਸਕਦਾ, ਉਹ ਟ੍ਰੇ ਵਾਲਾ ਮਤਲਬ ਬਣਿਆ ਉਸ ਵਾਸਤੇ ਕਿ ਜੇ ਆਪਣੇ ਸਿੰਕ ਦੇ ਉੱਪਰ ਵਿੰਡੋ ਆ ਰਹੀ ਹੈ, ਆਪਣਾ ਰੈਕ ਨਹੀਂ ਲੱਗਿਆ, ਤਾਂ ਤੁਸੀਂ ਉਹਨੂੰ ਇੱਧਰ ਸਾਈਡ 'ਤੇ ਕਿਤੇ ਫਿੱਟ ਕਰ ਸਕਦੇ ਹੋ ਜਾਂ ਇੱਧਰ ਕਿਤੇ ਵੀ ਕਿਚਨ ਦੇ ਵਿੱਚ ਫਿੱਟ ਕਰ ਸਕਦੇ ਹੋ। ਉਹਦੇ ਥੱਲੇ ਇਸ ਕਰਕੇ ਟ੍ਰੇ ਦਿੱਤੀ ਹੋਈ ਆ ਕਿ ਮਤਲਬ ਉਹਦੇ ਵਿੱਚ ਪਾਣੀ ਡ੍ਰਿਪ ਕਰੇਗਾ ਟ੍ਰੇ ਦਾ, ਤੁਸੀਂ ਬਾਅਦ 'ਚ ਖਾਲੀ ਕਰ ਸਕਦੇ ਹੋ, ਤਾਂ ਕਿ ਤੁਸੀਂ ਗਿੱਲੇ ਭਾਂਡੇ ਆਪਣੇ ਧੋ ਕੇ, ਮਤਲਬ ਇਮੀਡੀਏਟਲੀ ਭਾਂਡੇ ਧੋ ਕੇ ਆਪਣੇ ਤੁਸੀਂ ਰੈਕ ਦੇ ਵਿੱਚ ਰੱਖ ਲਓ, ਤਾਂ ਉਹਦਾ ਪਾਣੀ ਜਿਹੜਾ ਨੀਚੇ ਨਹੀਂ ਡਿੱਗੇਗਾ। ਉਹ ਇਸ ਵਾਸਤੇ ਬਣਿਆ ਹੈ, ਜਦਕਿ ਜਿਹੜਾ ਸਿੰਕ ਦੇ ਉੱਪਰ ਲੱਗਣਾ ਹੈ ਉਹ ਸਿੰਪਲ, ਜਾਂ ਤਾਂ ਤੁਸੀਂ ਇਹ ਵਾਲਾ ਲਗਾਓ, ਠੀਕ ਹੈ, ਜਾਂ ਦੂਸਰਾ ਲਗਾਓ ਜਿਹੜਾ ਆਪਣਾ GTVD ਹੁੰਦਾ, ਠੀਕ ਹੈ। ਬਾਕੀ ਉਹ ਆਪੋ ਆਪਣੀ ਚੋਇਸ ਆ ਤੁਹਾਡੀ, ਤੁਸੀਂ ਜਿਹੜਾ ਵੀ ਵੈਸੇ ਲਗਾ ਸਕਦੇ ਹੋ, ਮੈਂ ਆਪਣੀ ਇੱਕ ਠੀਕ ਸਲਾਹ ਦੇਵਾਂਗਾ। ਹਾਂਜੀ ਦੋਸਤੋ, ਇਹ ਵਾਲੀ ਸਪੇਸ ਹੈਗੀ ਆਪਣੀ RO ਵਾਸਤੇ। ਵੈਸੇ ਤਾਂ RO ਅੱਜ ਕੱਲ੍ਹ ਅੰਡਰ ਸਿੰਕ ਲੱਗਦਾ ਹੈ, ਪਰ ਕਸਟਮਰ ਦੀ ਚੋਇਸ ਸੀ ਕਿ ਅਸੀਂ RO ਜਿਹੜਾ ਉੱਪਰ ਵਾਲਾ ਹੀ ਲਗਾਉਣਾ, ਜਿਹੜਾ ਵਾਲ ਦੇ ਉੱਪਰ ਲੱਗਦਾ ਹੈਂਗਿੰਗ ਵਾਲਾ, ਉਹਦੇ ਵਾਸਤੇ ਅਸੀਂ ਇਹ ਵਾਲੀ ਜਿਹੜੀ ਸਟੋਰੇਜ ਛੱਡੀ ਹੋਈ ਹੈ। ਇਹਦੇ ਵਿੱਚ ਕੈਂਡਲ ਵੀ ਨਾਲ ਹੀ ਲੱਗ ਜਾਣਗੀਆਂ, ਔਰ RO ਵੀ ਵਿੱਚ ਕੰਪਲੀਟ ਹੀ ਲੱਗ ਜਾਏਗਾ। ਹਾਂਜੀ, ਅਤੇ ਹੁਣ ਗੱਲ ਕਰਦੇ ਹਾਂ ਆਪਾਂ ਕਿਚਨ ਦੇ ਫਰੰਟ ਪਾਰਟ ਦੀ। ਫਰੰਟ ਦੇ ਦੋਸਤੋ ਅਸੀਂ ਜਿਹੜੇ ਵਾਲ ਵਾਲੇ ਕੈਬਨਿਟਸ ਆ, ਇਹਨਾਂ ਦੇ ਸੈਂਟਰ ਦੇ ਵਿੱਚ ਤਾਂ ਅਸੀਂ 2 ਫਿੱਟ ਵਾਲੀ ਚਿਮਨੀ ਰੱਖੀ ਹੈ, 2 ਫਿੱਟ ਵਾਲੀ ਚਿਮਨੀ ਦਾ ਪ੍ਰੋਵੀਜ਼ਨ ਰੱਖਿਆ, ਔਰ ਚਿਮਨੀ ਜਿਹੜੀ ਫਲੈਟ ਰੱਖੀ ਹੈ। ਅਤੇ ਇਹਦੇ ਸਾਈਡਾਂ 'ਤੇ ਉੱਪਰ ਵਾਲੇ ਜਿਹੜੇ ਅਸੀਂ ਗਲਾਸ ਵਾਲੇ ਪੱਲੇ ਕੀਤੇ ਆ, ਜਾਂ ਕਿ ਕਰੋਕਰੀ ਵਗੈਰਾ ਆਪਾਂ ਇਹਦੇ ਵਿੱਚ ਕੱਪ ਵਗੈਰਾ ਰੱਖ ਸਕੀਏ, ਔਰ ਇੱਕ ਸਾਈਡ 'ਤੇ ਅਸੀਂ ਇਹ 'ਚ ਹਾਫ 'ਚ ਸੈਲਫ ਪਾਈ ਹੈ, ਔਰ ਦੂਸਰੀ ਸਾਈਡ 'ਤੇ ਨੀਚੇ ਅਸੀਂ ਜਿਹੜੇ ਅਨਟਰਾਂਸਪੇਰੈਂਟ ਪੱਲੇ ਰੱਖੇ ਆ।
ਹਾਂਜੀ ਦੋਸਤੋ, ਸਾਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕਿਚਨ ਕਿਵੇਂ ਦੀ ਲੱਗੀ, ਕਿਚਨ ਦਾ ਡਿਜ਼ਾਇਨ ਕਿਵੇਂ ਦਾ ਲੱਗਿਆ ਆ, ਕਿਚਨ ਦਾ ਕਲਰ ਕੰਬੀਨੇਸ਼ਨ ਕਿਵੇਂ ਦਾ ਲੱਗਿਆ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਸਾਡੀ ਕਿਚਨ ਪਸੰਦ ਆਈ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਅੱਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਔਰ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।